ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ। ਅਰਵਿੰਦ ਕੇਜਰੀਵਾਲ ਦਾ ਦਾਅਵਾ, ਪੈਸਿਆਂ ਦੀ ਪੇਸ਼ਕਸ਼ ਕਰ ਦਿੱਲੀ ਸਰਕਾਰ ਨੂੰ ਸੁੱਟਣ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ। ਦਿੱਲੀ ਭਾਜਪਾ ਨੇ ਇਸ ਦੋਸ਼ ਨੂੰ ਕੀਤਾ ਖਾਰਜ। ਨਿਤੀਸ਼ ਕੁਮਾਰ ਦੀ ਐਨਡੀਏ ਚ ਮੁੜ ਹੋ ਸਕਦੀ ਹੈ ਵਾਪਸੀ, ਕਦੇ ਵੀ ਦੇ ਸਕਦੇ ਸੀਐਮ ਅਹੁਦੇ ਤੋਂ ਅਸਤੀਫਾ, ਐਨਡੀਏ ਚ ਹੋ ਸਕਦੇ ਨੇ ਸ਼ਾਮਲ। ਪੰਜਾਬ ਸਰਕਾਰ ਵੱਲੋਂ ਫਰਿਸ਼ਤੇ ਸਕੀਮ ਦੀ ਕੀਤੀ ਗਈ ਸ਼ੁਰੂਆਤ, ਪੀੜਤਾਂ ਦੀ ਮਦਦ ਕਰਨ ਵਾਲੇ ਨੂੰ ਮਿਲਣਗੇ 2000 ਰੁਪਏ। ਸੜਕੀ ਹਾਦਸਿਆਂ ਚ ਲੋਕਾਂ ਦੀ ਜਾਨ ਬਚਾਉਣ ਤਹਿਤ ਕੀਤਾ ਗਿਆ ਅਪਰਾਧ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਦਿੱਲੀ 'ਚ ਉਸਦੇ 7 ਵਿਧਾਇਕਾਂ ਨੂੰ ਪਾਰਟੀ ਛੱਡਣ ਲਈ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ। ਨਾਲ ਹੀ ਕੇਜਰੀਵਾਲ ਸਰਕਾਰ ਨੂੰ ਸੁੱਟਣ ਦੀ ਧਮਕੀ ਵੀ ਦਿੱਤੀ ਹੈ। ਹਾਲਾਂਕਿ ਦਿੱਲੀ ਭਾਜਪਾ ਨੇ ਇਸ ਦੋਸ਼ ਨੂੰ ਖਾਰਜ ਕਰ ਦਿੱਤਾ ਅਤੇ ਆਪ ਨੂੰ ਉਹਨਾਂ ਵਿਧਾਇਕਾਂ ਅਤੇ ਉਹਨਾਂ ਲੋਕਾਂ ਦੇ ਨਾਂ ਦੱਸਣ ਦੀ ਚੁਣੌਤੀ ਦਿੱਤੀ ਹੈ ਜਿਨ੍ਹਾਂ ਨੇ ਅਫਸਰ ਨਾਲ ਉਹਨਾਂ ਨਾਲ ਸੰਪਰਕ ਕੀਤਾ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਕਸ ਤੇ ਪੋਸਟ ਕੀਤਾ ਕਿ ਉਹਨਾਂ ਦੀ ਪਾਰਟੀ ਦੇ 7 ਵਿਧਾਇਕਾਂ ਨਾਲ ਉਹਨਾਂ ਨੇ ਸੰਪਰਕ ਕੀਤਾ ਸੀ ਤੇ ਚੇਤਾਵਨੀ ਦਿੱਤੀ ਸੀ ਕਿ ਆਪ ਕਨਵੀਨਰ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਏਗਾ। ਕੇਜਰੀਵਾਲ ਅਨੁਸਾਰ ਫੋਨ ਕਰਨ ਵਾਲਿਆਂ ਨੇ ਦਾਅਵਾ ਕੀਤਾ ਕਿ ਉਹ 21 ਆਪ ਵਿਧਾਇਕਾਂ ਦੇ ਸੰਪਰਕ ਵਿੱਚ ਨੇ। ਆਪ ਨੇਤਾ ਨੇ ਦੋਸ਼ ਲਗਾਇਆ ਕਿ ਦਿੱਲੀ ਸਰਕਾਰ ਨੂੰ ਸੁੱਟਣ ਤੋਂ ਬਾਅਦ ਵਿਧਾਇਕਾਂ ਨੂੰ ਚੋਣ ਲੜਨ ਲਈ 25 ਕਰੋੜ ਰੁਪਏ ਅਤੇ ਹਰੇਕ ਨੂੰ ਭਾਜਪਾ ਦਾ ਟਿਕਟ ਦੇਣ ਦਾ ਵਾਅਦਾ ਕੀਤਾ ਸੀ। ਕੇਜਰੀਵਾਲ ਨੇ ਕਿਹਾ ਕਿ ਆਪ ਦੇ ਸਾਰੇ 7 ਵਿਧਾਇਕਾਂ ਨੇ ਪਾਰਟੀ ਛੱਡਣ ਤੋਂ ਇਨਕਾਰ ਕਰ ਦਿੱਤਾ ਹੈ। ਬਿਹਾਰ ਵਿੱਚ ਸਿਆਸੀ ਹਲਚਲ ਦੇ ਵਿੱਚ ਵੱਡੀ ਖਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਿਕ ਨਿਤੀਸ਼ ਕੁਮਾਰ ਅੱਜ ਹੀ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਕੇ ਐਨਡੀਏ ਵਿੱਚ ਸ਼ਾਮਿਲ ਹੋ ਸਕਦੇ ਨੇ। ਨਿਤੀਸ਼ ਨੇ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਨੇ। ਇਸ ਵਿੱਚ ਕਾਂਗਰਸ ਦੇ ਕੁਝ ਵਿਧਾਇਕ ਵੀ ਐਨਡੀਏ ਦਾ ਸਾਥ ਦੇ ਸਕਦੇ ਨੇ। ਇਹੀ ਕਾਰਨ ਹੈ ਕਿ ਨਿਤੀਸ਼ ਕੁਮਾਰ ਨੇ ਆਪਣੇ ਸਾਰੇ ਸਰਕਾਰੀ ਪ੍ਰੋਗਰਾਮਾਂ ਨੂੰ ਟਾਲ ਦਿੱਤਾ। ਨਿਤੀਸ਼ ਨਾਲ ਕਾਂਗਰਸ ਦੇ ਟੁੱਟੇ ਹੋਏ ਵਿਧਾਇਕ ਵੀ ਐਨਡੀਏ 'ਚ ਸ਼ਾਮਿਲ ਹੋਣਗੇ। ਸੂਤਰਾਂ ਮੁਤਾਬਿਕ 122 ਦੇ ਜਾਦੂਈ ਅੰਕੜਿਆਂ ਨੂੰ ਪਾਰ ਕਰਨ ਲਈ ਐਨਡੀਏ ਗਠਜੋੜ ਨੂੰ ਕਾਂਗਰਸ ਦੇ 10 ਵਿਧਾਇਕਾਂ ਦਾ ਵੀ ਸਾਥ ਮਿਲ ਸਕਦਾ ਹੈ। ਭਾਜਪਾ ਦੇ ਸੂਤਰਾਂ ਅਨੁਸਾਰ ਕਾਂਗਰਸ ਦੇ 10 ਤੋਂ ਜ਼ਿਆਦਾ ਵਿਧਾਇਕ ਭਾਜਪਾ ਦੇ ਸੰਪਰਕ ਵਿੱਚ ਨੇ। ਬਿਹਾਰ ਵਿਧਾਨ ਸਭਾ ਵਿੱਚ ਅਜੇ ਭਾਜਪਾ ਕੋਲ ਵਿਧਾਨ ਸਭਾ ਦੀਆਂ 78 ਸੀਟਾਂ ਨੇ, ਜਦੋਂ ਕਿ ਜੇਡੀਯੂ ਕੋਲ 45 ਵਿਧਾਇਕ ਨੇ। ਦੂਜੇ ਐਨਡੀਏ ਦੀ ਸਹਿਯੋਗੀ ਪਾਰਟੀ ਹਮ ਕੋਲ 4 ਵਿਧਾਇਕ ਨੇ ਤੇ ਜੇਕਰ ਆਰਜੇਡੀ ਜੇਡੀਯੂ ਦੇ ਕੁਝ ਵਿਧਾਇਕਾਂ ਨੂੰ ਤੋੜਦੀ ਹੈ ਤੇ ਅਜਿਹੇ 'ਚ ਕਾਂਗਰਸ ਦੇ 10 ਬਾਗੀ ਵਿਧਾਇਕ ਨਿਤੀਸ਼ ਤੇ ਭਾਜਪਾ ਦੀ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ। ਪੰਜਾਬ ਸਰਕਾਰ ਦੀ ਫਰਿਸ਼ਤੇ ਸਕੀਮ ਦੀ ਸ਼ੁਰੂਆਤ ਹੋ ਗਈ ਹੈ। ਸਕੀਮ ਮੁਤਾਬਿਕ ਸੜਕ ਹਾਦਸੇ ਦੇ ਪੀੜਤਾਂ ਨੂੰ ਹਸਪਤਾਲ ਲਿਜਾਣ ਵਾਲੇ ਨੂੰ 2000 ਰੁਪਏ ਮਿਲਣਗੇ ਤੇ ਨਾਲ ਹੀ ਪੁਲਿਸ ਜਾਂ ਹਸਪਤਾਲ ਪ੍ਰਸ਼ਾਸਨ ਮਦਦ ਕਰਨ ਵਾਲੇ ਤੋਂ ਕੋਈ ਪੁੱਛਗਿੱਛ ਨਹੀਂ ਕਰੇਗਾ ਜਦੋਂ ਤੱਕ ਉਹ ਖੁਦ ਚਸ਼ਮਦੀਦ ਗਵਾਹ ਨਹੀਂ ਬਣਨਾ ਚਾਹੁੰਦਾ। ਦੱਸ ਦਈਏ, ਸਕੀਮ ਪੰਜਾਬ ਸਰਕਾਰ ਵੱਲੋਂ ਇਸ ਤਹਿਤ ਲਾਗੂ ਕੀਤੀ ਗਈ ਹੈ ਕਿ ਸੜਕ ਹਾਦਸਿਆਂ ਵਿੱਚ ਲੋਕਾਂ ਦੀਆਂ ਜਾਨਾਂ ਨਾ ਜਾਣ ਤੇ ਉਹਨਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕੇ ਤੇ ਵਿਅਕਤੀ ਬਿਨਾਂ ਕਿਸੇ ਡਰੋਂ ਜ਼ਖਮੀਆਂ ਦੀ ਮਦਦ ਕਰਨ ਤੇ ਉਹਨਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਕੇ ਉਹਨਾਂ ਦੀ ਜ਼ਿੰਦਗੀ ਨੂੰ ਬਚਾਉਣ।
ਹਾਦਸਿਆਂ ਦੇ ਪੀੜਤ ਵਿਅਕਤੀ ਨੂੰ ਸਰਕਾਰੀ ਹਸਪਤਾਲ ਦੇ ਨੇੜਲੇ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਜਾ ਸਕਦਾ ਤੇ ਉੱਥੇ ਉਸਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਏਗਾ। ਇਸ ਤੋਂ ਪਹਿਲਾਂ ਲੋਕ ਅਕਸਰ ਕਿਸੇ ਵੀ ਪੀੜਤ ਦੀ ਮਦਦ ਕਰਨ ਤੋਂ ਇਹ ਸੋਚ ਕੇ ਪਿੱਛੇ ਹਟ ਜਾਂਦੇ ਸੀ ਕਿ ਉਹਨਾਂ ਨੂੰ ਪੁਲਿਸ ਪੁੱਛਗਿੱਛ ਦਾ ਸਾਹਮਣਾ ਕਰਨਾ ਪਵੇਗਾ ਜਾਂ ਕੋਰਟ ਕਚਹਿਰੀਆਂ ਦੇ ਚੱਕਰਾਂ 'ਚ ਪੈਣਾ ਪਵੇਗਾ। ਪਰ ਹੁਣ ਫਰਿਸ਼ਤੇ ਸਕੀਮ ਤਹਿਤ ਲੋਕਾਂ ਦੀਆਂ ਜਾਨਾਂ ਬਚਾ ਸਕਦੇ ਨੇ ਤੇ ਨਾਲ ਹੀ ਉਹਨਾਂ ਨੂੰ 2000 ਰੁਪਏ ਦੇ ਨਾਲ ਸਨਮਾਨਿਤ ਵੀ ਕੀਤਾ ਜਾਏਗਾ। ਪੰਜਾਬ 'ਚ ਗੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ 'ਚ ਕਾਂਗਰਸ ਲੀਡਰ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਿਆ। ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਹੁਸ਼ਿਆਰਪੁਰ ਦੇ ਪਿੰਡ ਮਹਿਰਾ 'ਚ ਹੋ ਰਹੀ ਨਜਾਇਜ਼ ਮਾਈਨਿੰਗ ਨਾਲ ਸੰਬੰਧਿਤ ਵੀਡੀਓ ਸ਼ੇਅਰ ਕੀਤੀਆਂ ਨੇ। ਸਿੱਧੂ ਵੱਲੋਂ ਸ਼ੇਅਰ ਕੀਤੀ ਵੀਡੀਓ 'ਚ ਉਹਨਾਂ ਥਾਵਾਂ ਦੀ ਲੋਕੇਸ਼ਨ ਤੇ ਸਮਾਂ ਵੀ ਲਿਖਿਆ ਗਿਆ। ਨਾਲ ਹੀ ਜਿਸ ਵਿਅਕਤੀ ਨੇ ਵੀਡੀਓ ਬਣਾਈ ਹੈ ਉਸਨੇ ਉੱਥੋਂ ਦੀ ਸਾਰੀ ਸਥਿਤੀ ਦਾ ਜ਼ਿਕਰ ਵੀ ਕੀਤਾ। ਅਜਿਹੇ 'ਚ ਉਹਨਾਂ ਨੇ ਸਰਕਾਰ ਤੋਂ ਲੈ ਕੇ ਪੁਲਿਸ ਤੱਕ ਸਾਰਿਆਂ ਨੂੰ ਘੇਰ ਲਿਆ। ਇਸ ਦੇ ਨਾਲ ਹੀ ਸਿੱਧੂ ਨੇ CM ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਇਹ ਚੋਰ ਸਿਸਟਮ ਹੈ ਜਾਂ ਲੋਕਤੰਤਰ। ਉਹਨਾਂ ਨੇ ਆਪਣੀ ਪੋਸਟ 'ਚ ਲਿਖਿਆ ਕਿ ਪਾਬੰਦੀਸ਼ੁਦਾ ਜੰਗਲਾਤ ਜ਼ਮੀਨ 'ਚ ਨਜਾਇਜ਼ ਮਾਈਨਿੰਗ ਆਪ ਦਾ ਲਾਲਚ ਪ੍ਰਸ਼ਾਸਨ ਦੇ ਸਾਰੇ ਮਾਪਦੰਡਾਂ ਨੂੰ ਪਛਾੜਦਾ ਹੈ। PLP ਐਕਟ 1900 ਦੀ ਧਾਰਾ 4 ਤੇ 5 ਤਹਿਤ ਪਿੰਡ ਮਹਿਰਾ 'ਚ ਜੰਗਲਾਤ ਦੀ ਜ਼ਮੀਨ 'ਤੇ ਅਜਿਹੇ ਕ੍ਰਸ਼ਰ ਚੱਲ ਰਹੇ ਨੇ, ਕਿਸੇ ਦੀ ਵਪਾਰਕ ਗਤੀਵਿਧੀ ਦੀ ਇਜਾਜ਼ਤ ਨਹੀਂ। ਕੇਬਲ ਆਪਰੇਟਰਾਂ ਦੇ ਉੱਤੇ ਲਗਾਤਾਰ ਹਮਲੇ ਹੋ ਰਹੇ ਪਰ ਸੁਣਵਾਈ ਸਰਕਾਰ ਨਹੀਂ ਕਰ ਰਹੀ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਭਾਈ ਮੇਰੀ ਗੱਲ ਨੂੰ ਸੁਣੋ, ਉੱਥੇ ਹੀ ਚੱਲਦੀਆਂ ਮਸ਼ੀਨਾਂ, ਮੈਂ ਹਰ ਰੋਜ਼ ਆਪਣੇ ਟਵਿੱਟਰ ਅਕਾਊਂਟ 'ਤੇ ਪਾਉਣਾ ਤੁਹਾਡੇ ਸਾਹਮਣੇ ਹੈ, 10-10 ਨਵੀਆਂ ਮਸ਼ੀਨਾਂ ਲਿੱਤੀਆਂ ਹੋਈਆਂ ਨੇ, ਉਹ ਇਹੋ ਜਿਹੇ ਤਰੀਕੇ ਨਾਲ ਕੱਢ ਰਹੀਆਂ ਨੇ ਅਤੇ 40-40 ਫੁੱਟ ਦੇ ਟੋਏ ਨੇ ਅਤੇ ਨਾਲ ਕੇਬਲ ਹੈ। ਹੁਣ ਧੰਦਾ ਦੱਸੋ ਜਿਹੜਾ ਇਹਨਾਂ ਕੋਲ, ਸਾਰਿਆਂ ਕੋਲ ਕਾਬਜ਼ ਨਹੀਂ ਹੈਗੇ। ਸਰ ਅਲਾਇੰਸ ਦੇ ਉੱਤੇ ਦੱਸੋ ਕਿ ਇਹ ਹੁਣ ਹੋਣਾ ਕਰਨਾ ਕਿ ਅਲਾਇੰਸ ਦੀ ਗੱਲ ਨੂੰ, ਮੇਰੀ ਗੱਲ ਨੂੰ ਸਮਝੋ ਪਹਿਲੀ ਗੱਲ, ਮੈਂ ਤੇ ਕਿੰਨੀ ਕੁ ਵਾਰ ਦੱਸਾਂ ਤੁਹਾਨੂੰ ਕਿ ਉਹ ਜਿਹੜਾ ਉਹਨਾਂ ਦਾ ਆ ਗਿਆ ਇਕੱਲੇ ਲੜ ਨਹੀਂ, ਉਹ ਕਹਿੰਦੇ ਲੜ ਸਕਦੇ ਨੇ ਆਮ ਆਦਮੀ ਪਾਰਟੀ 13 ਸੀਟਾਂ ਦੇ, ਇਕੱਲੇ ਲੜ ਸਕਦੇ। ਇੱਕ ਮਿੰਟ ਮੇਰੀ ਗੱਲ ਸੁਣੋ, ਦੇਖੋ ਯਾਰ ਤੁਸੀਂ ਸ਼ਤਰੰਜ ਦੀ ਵਿਸਾਦ ਵਿਛੀ ਹੋਵੇ ਨਾ ਤੇ ਪਿਆਦਾ ਔਕਾਤ ਭੁੱਲ ਜੇ ਤੇ ਕੁਤਲਿਆ ਜਾਏਗਾ। ਇਹ ਜਿਹੜੇ ਵੱਡੇ ਸਾਡੇ ਹਾਈਕਮਾਂਡ ਦੇ ਉੱਤੇ ਬੈਠੇ ਲੀਡਰ ਨੇ ਉਹ ਫੈਸਲੇ ਕਰਨ, ਉਹ ਇੱਕ ਅਲੱਗ ਚੀਜ਼ ਹੈ। ਉਹ ਪ੍ਰਾਈਮ ਮਿਨਿਸਟਰ ਦਾ ਇਲੈਕਸ਼ਨ ਹੈ, ਪ੍ਰਾਈਮ ਮਿਨਿਸਟਰ ਦਾ ਇਲੈਕਸ਼ਨ ਚੀਫ ਮਿਨਿਸਟਰ ਦੇ ਇਲੈਕਸ਼ਨ ਤੋਂ ਬਿਲਕੁਲ ਅੱਡ ਹੈ, ਬਿਲਕੁਲ ਹੀ ਅੱਡ ਹੈ, ਸਮਝਿਆ ਨਹੀਂ? ਸੋ ਇਸ ਕਰਕੇ ਜਿਹੜੀ ਉੱਥੇ ਅਲਾਇੰਸ ਹੈ ਉਹ ਇੱਕ ਲਾਰਜਰ ਕੌਜ਼ ਮੁਲਕ ਦੇ ਲਈ ਹੈ, ਸਮਝਦੇ? ਬਾਕੀ ਦੇਖੋ ਮੈਂ ਤਾਂ ਹਰ ਜਗ੍ਹਾ ਇੱਕੋ ਗੱਲ ਕਹਿੰਦਾ, ਪਬਲਿਕ ਵੈਲਫੇਅਰ ਹੋਣਾ ਚਾਹੀਦਾ ਹੈ, ਲੋਕਾਂ ਦੀ ਭਲਾਈ ਹੋਣੀ ਚਾਹੀਦੀ ਹੈ, ਤਾਂ ਹੀ ਲੋਕ ਰਾਜ ਹੈ। ਅਤੇ ਭਾਈ ਜੇ ਲੋਕ ਰਾਜ ਹੀ ਨਹੀਂ, ਲੋਕ ਭਲਾਈ ਨਹੀਂ, ਫਿਰ ਜੋ ਮਰਜ਼ੀ ਕਰੀ ਜਾਓ। ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਮਕਾਨ ਉਸਾਰੀ ਨਾਲ ਸੰਬੰਧਿਤ ਨਿਯਮਾਂ ਵਿੱਚ ਸੂਬਾ ਸਰਕਾਰ ਨੇ ਰਾਹਤ ਦਿੱਤੀ ਹੈ। ਹੁਣ ਉਹਨਾਂ ਨੂੰ 500 ਵਰਗ ਗਜ਼ ਤੱਕ ਦੀਆਂ ਰਿਹਾਇਸ਼ੀ ਇਮਾਰਤਾਂ ਦੀਆਂ ਯੋਜਨਾਵਾਂ ਨੂੰ ਮਨਜ਼ੂਰੀ ਦਿਵਾਉਣ ਲਈ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ, ਜਦੋਂ ਕਿ ਉਹਨਾਂ ਨੂੰ ਸਵੈ ਤਸਦੀਕ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਦੇ ਲਈ ਸਰਕਾਰ ਨੇ ਪੰਜਾਬ ਮਿਊਂਸੀਪਲ ਬਿਲਡਿੰਗ ਬਾਇਲਾਜ 2018 'ਚ ਸੋਧ ਕੀਤੀ ਹੈ। ਇਸ ਨਿਯਮ ਤੋਂ ਬਾਅਦ ਨਕਸ਼ੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਭੇਜਣ ਦੀ ਬਜਾਏ ਸਿੱਧੇ ਆਰਕੀਟੈਕਟ ਤੋਂ ਮਨਜ਼ੂਰੀ ਨਾਲ ਮਿਲਣਗੇ। ਇਸ ਵਿੱਚ ਮਾਲਕ ਅਤੇ ਆਰਕੀਟੈਕਟ ਵੱਲੋਂ ਦਿੱਤੇ ਗਏ ਸਵੈ ਘੋਸ਼ਣਾ ਪੱਤਰ ਵਿੱਚ ਕੁਝ ਸ਼ਰਤਾਂ ਦਾ ਜ਼ਿਕਰ ਕੀਤਾ ਗਿਆ। ਪੁਸ਼ਟੀ ਕਰੇਗਾ ਕਿ ਉਪਨੇਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਅਪਲੋਡ ਕੀਤੇ ਗਏ ਦਸਤਾਵੇਜ਼ ਉਹਨਾਂ ਨਿਯਮਾਂ ਅਨੁਸਾਰ ਨੇ। ਇਸ ਨਿਯਮ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਮਨਜ਼ੂਰੀ ਦਿੱਤੀ ਹੈ ਅਤੇ ਸੂਬੇ ਦੇ ਸ਼ਹਿਰੀ ਖੇਤਰਾਂ ਦੇ ਲੋਕਾਂ ਲਈ ਇਹ ਰਾਹਤ ਦਿੱਤੀ।
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਦੇਸ਼ ਭਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਖਿਲਾਫ ਪ੍ਰਦਰਸ਼ਨ ਕੀਤੇ ਗਏ ਨੇ। ਇਸੇ ਦੇ ਚੱਲਦਿਆਂ ਮਰਿੰਡਾ ਵਿਖੇ ਕਿਸਾਨਾਂ ਨੇ ਕਾਲੇ ਕਾਨੂੰਨਾਂ ਨੂੰ ਲੈ ਕੇ ਟਰੈਕਟਰ ਮਾਰਚ ਕੀਤਾ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਜੋ ਕਿਸਾਨ ਮੋਰਚਾ ਦਿੱਲੀ ਲਾਇਆ ਗਿਆ ਸੀ ਉਸ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ, ਸਾਰੀਆਂ ਫਸਲਾਂ ਤੇ MSP ਲਾਗੂ ਕਰਨ ਦੀ ਮੰਗ ਕੀਤੀ ਗਈ। ਉਹਨਾਂ ਕਿਹਾ ਕਿ ਸਾਰੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਇਸ ਟਰੈਕਟਰ ਰੋਸ ਰੈਲੀ ਵਿੱਚ ਭਾਗ ਲੈ ਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਦਿੱਲੀ ਦੀਆਂ ਸੜਕਾਂ ਤੇ ਬੈਠ ਕੇ ਰੋਸ ਮਾਰਚ ਕਰਨ ਲਈ ਮਜਬੂਰ। ਪੂਰੇ ਭਾਰਤ ਵਿੱਚ ਲਗਭਗ 500 ਜ਼ਿਲ੍ਹਿਆਂ ਵਿੱਚ ਕੀਤੀ ਗਈ ਹੈ। ਡਿਵੀਜ਼ਨ ਪੱਧਰ 'ਤੇ ਅਸੀਂ ਟਰੈਕਟਰ ਪਰੇਡ ਕੀਤੀ ਹੈ, ਜਿਸ ਵਿੱਚ ਪੰਜਾਬ ਦੇ ਲਗਭਗ 23 ਜ਼ਿਲ੍ਹਿਆਂ ਵਿੱਚ 200 ਥਾਵਾਂ 'ਤੇ ਟਰੈਕਟਰ ਪਰੇਡ ਹੋਈ ਹੈ। ਇਸ ਪਰੇਡ ਗਣਤੰਤਰਤਾ ਦਿਵਸ 'ਤੇ ਕਰਨ ਦਾ ਇੱਕ ਸਾਡਾ ਮਕਸਦ ਸੀਗਾ ਕਿ ਸਰਕਾਰ ਗਣਤੰਤਰਤਾ ਦਿਵਸ 'ਤੇ ਆਪਣੀਆਂ ਜਿਹੜੀਆਂ ਹੈਗੀਆਂ ਉਹਨੂੰ ਮਨਾ ਰਹੀ ਹੈ, ਪਰ ਕਿਸਾਨਾਂ ਵੱਲ ਕੋਈ ਵੀ ਵਿਸ਼ੇਸ਼ ਧਿਆਨ ਨਹੀਂ ਦੇ ਰਹੀ। ਅਸੀਂ 1 ਸਾਲ 1 ਮਹੀਨਾ ਜੋ ਦਿੱਲੀ ਧਰਨਾ ਲਾਇਆ ਸੀਗਾ, ਸਰਕਾਰ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਜਿਹੜੀਆਂ ਤੁਹਾਡੀਆਂ ਰਹਿੰਦੀਆਂ ਮੰਗਾਂ ਉਹਨਾਂ ਨੂੰ ਪੂਰੀਆਂ ਕਰੂੰਗੇ, ਪਰ 2 ਸਾਲ ਬੀਤਣ ਤੋਂ ਬਾਅਦ ਵੀ ਸਰਕਾਰ ਨੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ। ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਜੋ ਖੇਤੀਬਾੜੀ ਵਾਸਤੇ ਜੋ ਕਾਨੂੰਨ ਹੈ ਉਹ MSP ਵਾਸਤੇ ਉਹ ਗਰੰਟੀ ਨਾਲ ਬਣਾਵੇ, ਖਰੀਦ ਯਕੀਨੀ ਕਰੇ, ਲਖੀਮਪੁਰ ਖੀਰੀ ਦੇ ਜੋ ਦੋਸ਼ੀ ਹੈ ਉਹਨਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਬਲਾਕ ਮਰਿੰਡਾ ਦੇ ਸਬ ਡਿਵੀਜ਼ਨ ਵਿੱਚ 250-300 ਟਰੈਕਟਰਾਂ ਦਾ ਕਾਫਲਾ ਜੋ ਇਕੱਠਾ ਹੋਇਆ, ਇਹ ਇਕੱਠਾ ਹੋਣ ਦਾ ਅੱਜ ਸਰਕਾਰ ਆਪਣਾ ਗਣਤੰਤਰ ਦਿਵਸ ਮਨਾ ਰਹੀ ਹੈ, ਪਰ ਕਿਸਾਨਾਂ ਨੂੰ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਕਿਸਾਨਾਂ 'ਤੇ MSP 'ਤੇ ਗਰੰਟੀ 'ਤੇ ਕੋਈ ਸਰਕਾਰ ਹੰਗਾਰਾ ਨਹੀਂ ਕਰ ਰਹੀ। ਫਸਲਾਂ ਦੀ ਖਰੀਦ ਪ੍ਰੋਪਰ ਹੋਣੀ ਚਾਹੀਦੀ ਹੈ। ਕੋਈ ਸਰਕਾਰ ਫਸਲੀ ਬੀਮਾ ਯੋਜਨਾ ਹੁਣ ਤੱਕ ਲਾਗੂ ਨਹੀਂ ਕਰ ਸਕੀ। ਫਸਲ ਬੀਮਾ ਯੋਜਨਾ ਬਿਲਕੁਲ ਫੇਲ ਸਾਬਤ ਹੋਈ ਹੈ। ਸਾਡੀਆਂ 3 ਫਸਲਾਂ ਪਿੱਛੇ ਮਰ ਗਈਆਂ, ਉਹਨਾਂ ਫਸਲਾਂ ਦਾ ਕੋਈ ਹੁਣ ਤੱਕ ਮੁਆਵਜ਼ਾ ਨਹੀਂ ਮਿਲਿਆ। ਲਿਪੀ ਸਕਿਨ ਦੇ ਕਾਰਨ ਸਾਡੇ ਪਸ਼ੂ ਧਨ ਦਾ ਬਹੁਤ ਨੁਕਸਾਨ ਹੋਇਆ, ਉਹਦਾ ਕੁਛ ਨਹੀਂ ਹੋਇਆ। ਕੋਈ ਸਾਡੇ ਖਾਤੇ ਚੈੱਕ ਕਰ ਲਓ, ਸਾਨੂੰ ਕੋਈ ਪੈਸਾ ਨਹੀਂ ਮਿਲਿਆ। ਜੋ ਕਿਸੇ ਨੂੰ ਮਿਲਿਆ ਉਹ ਨਾ ਮਾਤਰ ਹੈ, ਨਿੰਦਣ ਯੋਗ ਹੈ। ਉਹਦਾ ਉਹਦੇ ਨਾਲ ਕੋਈ ਭਰਪਾਈ ਸਰਕਾਰ ਕੋਈ ਖਾਸ ਜ਼ਿੰਮੇਦਾਰ ਨੂੰ ਕੋਈ ਸਪੋਰਟ ਨਹੀਂ ਮਿਲੀ। ਹਲਕਾ ਰਾਜਾ ਸਾਂਸੀ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੀਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਣਜੀਤ ਸਿੰਘ ਮੁਹਾਰ ਦੀ ਅਗਵਾਈ ਹੇਠ ਬਲਾਕ ਚੋਗਾਵਾਂ ਦੇ ਪਿੰਡਾਂ ਤੋਂ ਟਰੈਕਟਰ ਮਾਰਚ ਕੱਢਿਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਮੰਨੀਆਂ ਹੱਕੀ ਮੰਗਾਂ ਲਾਗੂ ਨਾ ਕਰਨ ਤੇ ਰੋਸ ਪ੍ਰਗਟ ਕੀਤਾ। ਇਸ ਤੋਂ ਪਹਿਲਾਂ ਕਿਸਾਨਾਂ ਨੇ DSP ਦਫ਼ਤਰ ਚੋਗਾਵਾਂ ਵਿਖੇ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ ਪ੍ਰਗਟ ਕਰਦੇ ਕਿਹਾ ਕਿ ਸਰਹੱਦੀ ਪਿੰਡ ਭੱਗੂਪੁਰ ਬੇੜ ਦੇ ਜੱਜ ਦੀ 2 ਸਾਲ ਦੀ ਮਾਸੂਮ ਲਾਪਤਾ ਲੜਕੀ ਰਾਜਵੀਰ ਕੌਰ ਦੀ ਭਾਲ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਾ ਕੀਤੇ ਜਾਣ ਸੰਬੰਧੀ ਰੋਸ ਵੀ ਜ਼ਾਹਿਰ ਕੀਤਾ। ਉਹਨਾਂ ਚੇਤਾਵਨੀ ਭਰੇ ਲਹਿਜ਼ੇ 'ਚ ਕਿਹਾ ਕਿ ਜੇਕਰ ਪੁਲਿਸ ਨੇ ਮਾਸੂਮ ਬੱਚੀ ਦੀ ਭਾਲ ਨਾ ਕੀਤੀ ਤਾਂ ਉਹ DSP ਦਫ਼ਤਰ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ। ਉਧਰ ਗੁਰਦਾਸਪੁਰ ਵਿਖੇ ਵੀ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼ ਰੋਸ ਵਜੋਂ ਟਰੈਕਟਰ ਮਾਰਚ ਕੀਤੇ ਗਏ। ਕਿਸਾਨਾਂ ਦਾ ਕਹਿਣਾ ਕਿ ਉਹਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਬਾਰਡਰ 'ਤੇ ਵੱਡਾ ਅੰਦੋਲਨ ਕੀਤਾ ਗਿਆ ਸੀ, ਭਾਵੇਂ ਕਿ ਕੇਂਦਰ ਵੱਲੋਂ ਉਦੋਂ ਕਿਸਾਨੀ ਬਿੱਲ ਵਾਪਸ ਲੈ ਲਏ ਗਏ, ਲੇਕਿਨ ਜੋ ਹੋਰਨਾਂ ਮੰਗਾਂ ਸਨ ਉਹ ਹਾਲੇ ਪੂਰੀਆਂ ਨਹੀਂ ਹੋਈਆਂ, ਜਿਨ੍ਹਾਂ 'ਚ ਮੁੱਖ ਤੌਰ 'ਤੇ ਕਣਕ ਝੋਨੇ ਤੋਂ ਇਲਾਵਾ ਹੋਰਨਾਂ ਫਸਲਾਂ 'ਤੇ MSP ਕਾਨੂੰਨ ਅਤੇ ਹੋਰਨਾਂ ਮੰਗਾਂ ਵੀ ਸ਼ਾਮਿਲ ਸਨ, ਜਿਨ੍ਹਾਂ ਨੂੰ ਲੈ ਕੇ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਨੇ। ਨਾਲ ਹੀ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਨਾਂ 'ਤੇ DC ਅਤੇ SDM ਦਫ਼ਤਰ 'ਚ ਮੰਗ ਪੱਤਰ ਵੀ ਦਿੱਤੇ।
ਜਿਹੜਾ ਮਾਰਚ ਆ ਜੀ ਜਦੋਂ ਆਪਾਂ ਅੰਦੋਲਨ ਖਤਮ ਕਰਕੇ ਆਏ ਹਾਂ ਸਰਕਾਰ ਦੇ ਨਾਲ, ਸਾਡੀ ਉਦੋਂ ਕੋਈ ਹੋਰ ਵੀ ਮੰਗਾਂ ਸਨ, ਇਕੱਲੀ ਸਾਡੀ ਉਦੋਂ ਬਿੱਲ ਦੀ ਇੱਕ ਮੰਗ ਨਹੀਂ ਸੀ, ਉਹਦੇ ਨਾਲ ਸਾਡੀ MSP ਦਾ ਗਰੰਟੀ ਕਾਨੂੰਨ, ਕਿਸਾਨਾਂ ਦੇ ਜਿਹੜਾ ਕਰਜ਼ਾ ਉਹਦੀ ਮਾਫ਼ੀ, ਫਿਰ ਜਿਹੜੀ ਸਾਡੀ ਫਸਲ ਆ ਉਹਦਾ ਪੂਰਾ ਭਾਅ, ਜਿਹੜੀ MSP ਵੀ ਜਿਹੜੀ C+2 ਨਾਲ ਦਿੱਤੀ ਜਾਵੇ, ਇਹ A2 ਨਾਲ ਦਿੰਦੇ ਆ, ਅਸੀਂ C+2 ਨਾਲ ਮੰਗਦੇ ਹਾਂ ਸਵਾਮੀਨਾਥਨ ਰਿਪੋਰਟ ਦੇ ਨਾਲ ਜਿਹੜਾ ਵਾ ਭਾਅ ਤੁਹਾਡਾ ਜਿਹੜਾ ਪੱਕਾ ਬੱਜੇ ਫਸਲਾਂ ਦਾ। ਦੂਸਰੀ ਗੱਲ, ਜਦੋਂ ਆਪਾਂ ਅੰਦੋਲਨ ਖਤਮ ਕਰਕੇ ਆਏ, ਉੱਥੇ ਕੁਝ ਕਿਸਾਨਾਂ ਦੇ ਪਰਚੇ ਹੋਏ ਸਨ, ਉਹ ਪਰਚਿਆਂ ਦੀ ਮਾਫ਼ੀ ਜਿਹੜੀ ਸਰਕਾਰ ਨੇ ਕਿਹਾ ਸੀ ਅਸੀਂ ਪਰਚੇ ਜਿਹੜੇ ਮਾਫ਼ ਕਰ ਦਾਂਗੇ, ਵਾਪਸ ਲੈ ਲਾਂਗੇ, ਪਰ ਉਹ ਸਰਕਾਰ ਨੇ ਤਾਂ ਪਰਚੇ ਵਾਪਸ ਲਏ ਨਹੀਂ। ਉਹ ਵੀ ਸਾਡੀ ਹੁਣ ਇਹਦੇ ਵਿੱਚ ਇੱਕ ਮੰਗ ਆ, ਮਿਸ਼ਰਾ ਟੈਣੀ ਨੂੰ ਆਪਣੇ ਉਹਦੇ ਤੋਂ ਬਰਖਾਸਤ ਕਰਨਾ, ਜਿਹਦੇ ਮੁੰਡੇ ਨੇ ਕੁਝ ਕਿਸਾਨ ਜਾਣ ਬੁੱਝ ਕੇ ਉਹਨਾਂ ਦੇ ਉੱਤੇ ਜੀਪ ਚਾੜ ਕੇ ਤਾਂ ਉਹਨਾਂ ਨੂੰ ਕੁਚਲਿਆ ਸੀ, ਉਹਦੇ ਬਰਖਾਸਤ ਕਰਨ ਦੀ ਮੰਗ ਆ। ਹੋਰ ਬਾਕੀ ਜਿਹੜੇ ਵੇਖੋ, ਸਰਕਾਰ ਜਿਹੜੀ ਹੈ ਨਾ ਪ੍ਰਚੋਰਮੈਂਟ ਸਾਰੀ ਨਹੀਂ ਕਰਦੀ, ਸਾਰੀਆਂ ਫਸਲਾਂ ਦੀ ਸਰਕਾਰ ਪ੍ਰਚੋਰਮੈਂਟ ਕਰਦੀ ਹੈ ਸਿਰਫ ਕਣਕ ਅਤੇ ਝੋਨੇ ਦੀ, ਬਾਕੀ ਮੱਕੀ ਹੋ ਗਈ, ਜਵਾਰ ਹੋ ਗਈਆਂ, ਦਾਲਾਂ ਹੋ ਗਈਆਂ, ਕਪਾਹ ਹੋ ਗਈ, ਜਿੰਨੀਆਂ ਵੀ ਬਾਕੀ 25 ਫਸਲਾਂ ਨੇ ਉਹ ਸਰਕਾਰ ਨਹੀਂ ਖਰੀਦ ਕਰਦੀ, ਨਹੀਂ ਲੈਂਦੀ, ਪਰ ਉਹਦਾ ਨੁਕਸਾਨ ਕਹਿੰਦਾ ਸਰਕਾਰ MSP ਤੈਅ ਕਰ ਦਿੰਦੀ ਆ ਵੀ 1800 ਰੁਪਈਏ ਨੂੰ ਜਵਾਰ ਵਿਕੇਗੀ, ਪਰ ਉਹ ਜਦੋਂ ਪ੍ਰਾਈਵੇਟ ਖੇਤਰ ਜਿਹੜਾ ਖਰੀਦ ਕਰਨ ਆਉਂਦਾ ਵਾ ਮੰਡੀਆਂ ਦੇ ਵਿੱਚ, ਉਹ MSP ਦੇ ਉੱਤੇ ਖਰੀਦਦਾ ਨਹੀਂ ਹੈਗਾ, ਉਹ ਫਿਰ 1100, 1200, 1000, 800, ਤੁਸੀਂ ਵੇਖੋ ਹੁਣ ਪਿੱਛੇ ਪਿਆਜ਼ ਦਾ ਕੀ ਹਾਲ ਹੋਇਆ ਵਾ, ਨਾਸਿਕ ਦੇ ਵਿੱਚ 1 ਰੁਪਈਏ ਪਿਆਜ਼ ਵਿਕਿਆ, 10 ਪੈਸੇ ਪਿਆਜ਼ ਵਿਕਿਆ, 54 ਕਿਲੋ ਪਿਆਜ਼ ਵਿਕਿਆ ਵਾ, ਜ਼ਿਮੀਂਦਾਰ ਫਸਲ ਲੈ ਕੇ ਮੰਡੀ 'ਚ ਆਉਂਦਾ ਵਾ ਪੈਸੇ ਵੱਟਣ ਵਾਸਤੇ, ਇੱਥੋਂ ਤੱਕ ਮਾੜੇ ਹਾਲਾਤ ਨੇ ਸਟੇਟਾਂ ਦੂਜੀਆਂ ਦੇ, ਨਾਸਿਕ ਹੋ ਗਿਆ, ਮਹਾਰਾਸ਼ਟਰ ਹੋ ਗਿਆ, ਜਿੱਥੇ ਬੈਂਗਣ ਜ਼ਿਆਦਾ ਪੈਦਾ ਹੁੰਦਾ, ਸਬਜ਼ੀਆਂ ਜ਼ਿਆਦਾ ਪੈਦਾ ਹੁੰਦੀਆਂ ਨੇ, ਉਲਟੇ ਜੜ ਦੀ ਜੇਬ 'ਚੋਂ ਪੈਸੇ ਮੰਗਦੇ ਆ ਵੀ ਸਾਡਾ ਖਰਚਾ ਜ਼ਿਆਦਾ ਆ ਗਿਆ ਨੂੰ ਸਾਂਭ ਸੰਭਾਲਦਾ, ਅਤੇ ਜੱਟ ਨੂੰ ਕਹਿੰਦੇ ਵੀ ਤੇਰਾ 500 ਰੁਪਈਆ ਤੂੰ ਬਣਿਆ ਵਾ, 250 ਦੀ ਤੇਰੀ ਸਬਜ਼ੀ ਹੋਈ ਹੈ ਅਤੇ 250 ਰੁਪਈਆ ਤੂੰ ਹੱਥੋਂ ਦੇ ਸਾਨੂੰ ਹੁਣ। ਇੰਨਾ ਮਾੜਾ ਜਿਹੜਾ ਜ਼ਿਮੀਂਦਾਰ ਦਾ, ਕਿਸਾਨੀ ਦਾ ਹਾਲ ਜਿਹੜਾ ਸਰਕਾਰਾਂ ਨੇ ਕਰਤਾ ਵਾ, ਇਹਨਾਂ ਦੇ ਸਾਰਿਆਂ ਦੇ ਸੰਬੰਧ ਵਿੱਚ ਇਹ ਜਿਹੜਾ ਰੋਸ ਮਾਰਚਾ ਕੱਢਿਆ ਜਾ ਰਿਹਾ ਵਾ। ਅੰਮ੍ਰਿਤਸਰ ਦੇ ਕੱਥੂ ਨੰਗਲ ਟੋਲ ਪਲਾਜ਼ਾ ਉੱਤੇ ਕਿਸਾਨ ਜਥੇਬੰਦੀਆਂ ਵੱਲੋਂ ਨਵਰੀਤ ਸਿੰਘ ਅਤੇ ਦਿੱਲੀ ਅੰਦੋਲਨ ਵਿੱਚ 750 ਦੇ ਕਰੀਬ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਕਿਸਾਨ ਆਗੂ ਸਰਵਨ ਸਿੰਘ ਭੰਦੇਰ ਨੇ ਕਿਹਾ ਕਿ ਜਿਹੜੇ ਸਾਡੇ ਦਿੱਲੀ ਅੰਦੋਲਨ ਦੇ ਸ਼ਹੀਦ ਸੀ, ਜਿੱਦਾਂ ਨਵਰੀਤ ਸਿੰਘ ਡਿਬਡਿਬਾ ਨੂੰ ਸ਼ਹੀਦ ਕੀਤਾ ਗਿਆ, 750 ਦੇ ਕਰੀਬ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਦਿੱਲੀ ਸ਼ਹੀਦਾਂ ਦੇ ਲਈ ਕੈਂਡਲ ਮਾਰਚ ਕਰਕੇ ਅੱਜ ਕੱਥੂ ਨੰਗਲ ਟੋਲ ਪਲਾਜ਼ਾ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਅਤੇ ਸ਼ਹੀਦਾਂ ਨਾਲ ਅਹਿਦ ਲਿਆ ਗਿਆ ਕਿ ਜਦੋਂ ਤੱਕ ਉਹਨਾਂ ਦੇ ਅਧੂਰੇ ਕਾਰਜ ਪੂਰੇ ਨਹੀਂ ਹੁੰਦੇ ਲਗਾਤਾਰ ਅੰਦੋਲਨ ਜਾਰੀ ਰੱਖਿਆ ਜਾਏ। ਸ਼ਹੀਦ ਸੀਗੇ ਜਿੱਦਾਂ ਨਵਰੀਤ ਸਿੰਘ ਡਿਬਡਿਬਾ ਨੂੰ ਅੱਜ ਹੀ ਸ਼ਹੀਦ ਕੀਤਾ ਗਿਆ, 750 ਤੋਂ ਬਾਅਦ ਦਿੱਲੀ 'ਚ ਸ਼ਹੀਦ ਹੋਇਆ ਸੀਗਾ। ਕੈਂਡਲ ਮਾਰਚ ਕਰਕੇ ਅੱਜ ਕੱਥੂ ਨੰਗਲ ਟੋਲ ਪਲਾਜ਼ਾ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਆ। ਸ਼ਹੀਦਾਂ ਨਾਲ ਅਹਿਦ ਲਿਆ ਗਿਆ ਵਾ ਵੀ ਜਦੋਂ ਤੱਕ ਉਹਨਾਂ ਦੇ ਅਧੂਰੇ ਕਾਰਜ ਪੂਰੇ ਨਹੀਂ ਹੁੰਦੇ ਲਗਾਤਾਰ ਜਿਹੜਾ ਵਾ ਅਸੀਂ ਅੰਦੋਲਨ ਜਾਰੀ ਰੱਖਾਂਗੇ। ਅਤੇ ਜਿਹੜਾ 13 ਫਰਵਰੀ ਨੂੰ ਦਿੱਲੀ ਕੂਚ ਆ, ਉਹਦੀਆਂ ਤਿਆਰੀਆਂ ਦੇਸ਼ ਭਰ ਵਿੱਚ ਪੰਜਾਬ 'ਚ ਪੂਰੇ ਜ਼ੋਰਾਂ ਨਾਲ ਵਾ। ਅਸੀਂ ਸਾਰਿਆਂ ਨੂੰ ਖੁੱਲ੍ਹਾ ਸੱਦਾ ਦੇ ਰਹੇ ਹਾਂ, ਚਾਹੇ ਪੱਤਰਕਾਰ ਭਾਈਚਾਰਾ ਹੋਵੇ, ਬੁੱਧੀਜੀਵੀ ਹੋਣ, ਵਕੀਲ ਹੋਣ, ਟਰਾਂਸਪੋਰਟਰ ਹੋਣ, ਜਿੰਨੇ ਸਾਡੇ ਮੁਲਾਜ਼ਮ ਹੋਣ, ਵਿਦਿਆਰਥੀ ਹੋਣ, ਗਾਇਕ ਭਾਈਚਾਰਾ ਹੋਵੇ, ਸਾਰੀ ਸਿਵਲ ਸੁਸਾਇਟੀ ਨੂੰ ਵੀ ਅਸੀਂ ਦਿੱਲੀ ਕੂਚ ਕਰਨਾ, ਸਾਡਾ ਵੱਧ ਤੋਂ ਵੱਧ ਜਿਹੜਾ ਵਾ ਸਹਿਯੋਗ ਕੀਤਾ ਜਾਵੇ। ਇਹਦੇ ਨਾਲ ਜਿਹੜਾ ਵਿਦੇਸ਼ਾਂ ਤੋਂ
ਫਸਲਾਂ ਮੰਗਾ ਕੇ ਸਾਡੀ ਖੇਤੀ ਮੰਡੀ ਵਿੱਚ ਡੰਪ ਕਰਾ ਕੇ ਖੇਤੀ ਮੰਡੀ ਖਤਮ ਕਰਨ ਦਾ ਫੈਸਲਾ ਵਾ, ਉਹ ਉੱਤੇ ਰੋਕ ਲਵਾਉਣੀ ਆ, ਅਤੇ ਜਿਹੜਾ ਜ਼ਮੀਨ ਅਕਵਾਇਰ ਕਰਨ ਦਾ ਕਾਨੂੰਨ ਹੈ ਜਿਹੜੀ ਉਹਦੇ ਵਿੱਚੋਂ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਜਿਹੜੀ ਮੱਧ ਪਾਈ ਜਾ ਰਹੀ, ਉਹਨੂੰ ਉੱਤੇ ਲੜਾਈ ਲੜਨੀ ਆ। ਔਰ ਇਹਦੇ ਨਾਲ ਜਿਹੜਾ ਪਿਛਲੇ ਸਰਕਾਰ ਨੇ ਵਾਅਦਾ ਕੀਤਾ ਸੀ ਵੀ MSP ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣਾ ਵਾ, ਉਹ ਆ। ਔਰ ਇਹਦੇ ਨਾਲ ਨਾਲ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਸਾਰੀਆਂ ਫਸਲਾਂ ਦੇ ਭਾਅ, ਔਰ ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਵਾ ਦਿੱਲੀ ਦਾ ਅੰਦੋਲਨ ਆਪਾਂ ਜਾਰੀ ਕਰ ਰਹੇ ਹਾਂ। ਮੇਜਰ ਜਨਰਲ ਗੌਰਵ ਰਿਸ਼ੀ ਫੌਜ ਦੀ 25 ਇਨਵੈਂਟਰੀ ਡਿਵੀਜ਼ਨ ਜੰਮੂ ਕਸ਼ਮੀਰ ਦੇ GOC ਪੁੰਛ ਜ਼ਿਲ੍ਹੇ ਦੇ ਪਿੰਡ ਅਜੋਤ ਵਿੱਚ ਸ਼ਹੀਦ ਹੌਲਦਾਰ ਅਬਦੁਲ ਮਜੀਦ ਦੇ ਘਰ ਪਹੁੰਚੇ ਅਤੇ ਸ਼ਹੀਦ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਅਤੇ ਸ਼ਹੀਦ ਹੌਲਦਾਰ ਅਬਦੁਲ ਮਜੀਦ ਦੇ ਪਿਤਾ ਦਾ ਸਨਮਾਨ ਕੀਤਾ। ਦਰਅਸਲ ਰਾਜੌਰੀ ਜ਼ਿਲ੍ਹੇ ਦੇ ਕਾਲਾਕੋਟ ਇਲਾਕੇ 'ਚ ਫੌਜ ਅਤੇ ਅੱਤਵਾਦੀਆਂ ਵਿਚਾਲੇ ਚੱਲ ਰਹੇ ਮੁਕਾਬਲੇ ਵਿੱਚ ਹੌਲਦਾਰ ਅਬਦੁਲ ਮਜੀਦ ਸ਼ਹੀਦ ਹੋ ਗਿਆ। ਸਰਕਾਰ ਨੇ ਉਹਨਾਂ ਨੂੰ ਮਰਨ ਉਪਰੰਤ ਕੀਰਤੀ ਚੱਕਰ ਦੇ ਨਾਲ ਵੀ ਸਨਮਾਨਿਤ ਕੀਤਾ। ਪੰਜਾਬ ਸਰਕਾਰ ਸੂਬੇ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਅਤੇ ਸਿੱਖਿਆ ਦੇਣ ਵਾਲੇ ਚਾਨਣ ਮੁਨਾਰੇ ਅਧਿਆਪਕਾਂ ਨੂੰ ਬਣਦਾ ਵਿਸ਼ੇਸ਼ ਸਨਮਾਨ ਦੇਣ ਨੂੰ ਤਰਜੀਹ ਦੇ ਰਹੀ ਹੈ। ਇਸੇ ਕੜੀ ਤਹਿਤ ਗਣਤੰਤਰ ਦਿਵਸ ਸਮਾਰੋਹ ਦੌਰਾਨ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਟਾਂਡਾ ਬਲਾਕ ਦੇ ਸਰਕਾਰੀ ਮਿਡਲ ਸਮਾਰਟ ਸਕੂਲ ਓਟਪੁਰ ਦੇ ਸਕੂਲ ਮੁਖੀ ਹਰਮਿੰਦਰ ਸਿੰਘ ਨੂੰ ਸਿੱਖਿਆ ਦੇ ਖੇਤਰ ਵਿੱਚ ਮਾਣ ਮੱਤੀਆਂ ਪ੍ਰਾਪਤੀਆਂ ਦੇ ਲਈ ਸਨਮਾਨਿਤ ਕੀਤਾ ਗਿਆ। ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਅੰਮ੍ਰਿਤਸਰ ਵਿਖੇ ਗੁਰਦੁਆਰਾ ਸ਼ਹੀਦਾਂ ਸਾਹਿਬ ਵਿੱਚ ਸੰਗਤਾਂ ਵੱਲੋਂ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਨੂੰ ਵੱਖ ਵੱਖ ਤਰ੍ਹਾਂ ਦੇ ਫੁੱਲਾਂ ਨਾਲ ਸਜਾਇਆ ਗਿਆ ਅਤੇ ਸੰਗਤਾਂ ਵੱਡੀ ਗਿਣਤੀ ਵਿੱਚ ਇੱਥੇ ਨਤਮਸਤਕ ਹੋਣ ਲਈ ਪਹੁੰਚੀਆਂ। ਸ਼ਰਧਾਲੂਆਂ ਨੇ ਕਿਹਾ ਕਿ ਅਜਿਹਾ ਅਲੌਕਿਕ ਨਜ਼ਾਰਾ ਦੇਖ ਕੇ ਮਨ ਨੂੰ ਖੁਸ਼ੀ ਮਿਲੀ ਹੈ। ਦਿੱਲੀ ਤੋਂ ਆਏ ਸ਼ਰਧਾਲੂਆਂ ਨੇ ਕਿਹਾ ਕਿ ਉਹ ਪਹਿਲੀ ਵਾਰ ਇੱਥੇ ਗੁਰਘਰ ਵਿੱਚ ਆਏ ਨੇ ਅਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਉਹਨਾਂ ਨੂੰ ਗੁਰਘਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਦਸੂਹਾ ਦੇ ਬਾਰ ਬਾਰ ਐਮਾ ਮਾਂਗੜ ਅਤੇ ਉੱਚੀ ਬੱਸੀ ਵਿਚਕਾਰ ਭਿਆਨਕ ਸੜਕ ਹਾਦਸਾ ਵਾਪਰ ਗਿਆ। ਹਾਦਸਾ ਲਗਭਗ ਰਾਤ 11 ਵਜੇ ਵਾਪਰਿਆ। ਹਾਦਸੇ ਵਿੱਚ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ 2 ਜ਼ਖਮੀ ਹੋਏ। ਕਾਰ ਅਤੇ ਟਰੱਕ ਦੀ ਜ਼ਬਰਦਸਤ ਟੱਕਰ ਹੋਣ ਨਾਲ ਉਕਤ ਹਾਦਸਾ ਵਾਪਰਿਆ। ਜ਼ਖਮੀਆਂ ਨੂੰ ਇਲਾਜ ਲਈ ਅੰਮ੍ਰਿਤਸਰ 'ਚ ਦਾਖਲ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਹਾਦਸੇ ਵਿੱਚ ਸ਼ਾਮਿਲ ਕੈਂਟਰ ਚਾਲਕ ਵੀ ਜ਼ਖਮੀਆਂ ਵਿੱਚ ਸ਼ਾਮਿਲ ਹੈ। ਫਿਲਹਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਕੰਮ ਸ਼ੁਰੂ ਕੀਤੇ ਨੇ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਹੁਣ ਨਜ਼ਰ ਮਾਰਦੇ ਹਾਂ ਅੱਜ ਦੇ ਮੌਸਮ ਦੇ ਹਾਲ ਦੇ ਵੱਲ। ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।